ਸਮੇਂ ਅਸੀਂ ਖੜ੍ਹੇ ਹਾਂ ਮੋਹਾਲੀ ਦੇ ਸੁਪਰ ਮਾਡਲ ਪੋਲਿੰਗ ਸਟੇਸ਼ਨ ਦੇ ਅੰਦਰ। ਇਸ ਨੂੰ ਇੱਕ ਏਅਰਪੋਰਟ ਦੀ ਥੀਮ ਦੇ ਉੱਤੇ ਬਣਾਇਆ ਗਿਆ। ਇੱਥੇ ਪਹੁੰਚੋਗੇ ਤਾਂ ਆਪਣੀ ਸੈਲਫੀ ਜਿਹੜੀ ਉਹ ਲੈ ਸਕਦੇ ਹੋ, ਜਾਣੀ ਕਿ ਇੱਥੇ ਫੋਟੋ ਜਿਹੜੀ ਉਹ ਖਿਚਾ ਸਕਦੇ ਹੋ। ਭੰਗੜੇ ਗਿੱਧੇ ਦਾ ਪ੍ਰਬੰਧ ਖਾਸ ਤੌਰ 'ਤੇ ਕੀਤਾ ਗਿਆ ਹੈ। ਮੋਹਾਲੀ ਨੂੰ ਸਿਗਨੀਫਾਈ ਕਰਦਾ ਹੈ, ਮੋਹਾਲੀ ਦੀ ਸ਼ਾਨ ਹੈ, ਪੰਜਾਬ ਦੀ ਸ਼ਾਨ ਹੈ। ਉਹਦੇ ਥੀਮ ਦੇ ਉੱਤੇ ਅਸੀਂ ਅੱਜ ਇੱਕ ਮਾਡਲ ਬੂਥ ਬਣਾਇਆ। ਸਾਰੇ ਵੋਟਰਸ ਲਈ ਪੀਣ ਦਾ ਪਾਣੀ, ਛਬੀਲ ਅਸੀਂ ਇੱਥੇ ਲਾਈ ਹੋਈ ਹੈ, ਠੰਡੀ ਲੱਸੀ ਦਾ ਇੰਤਜ਼ਾਮ ਅਸੀਂ ਇੱਥੇ ਕੀਤਾ, ਆਈਸਕ੍ਰੀਮਸ ਦਾ ਇੰਤਜ਼ਾਮ ਅਸੀਂ ਕੁਝ ਵੋਟਰਸ ਲਈ ਜਿਹੜੇ ਸਭ ਤੋਂ ਪਹਿਲਾਂ ਆ ਜਾਣਗੇ ਉਹਨਾਂ ਲਈ ਕੀਤਾ। ਇਸ ਸਮੇਂ ਅਸੀਂ ਖੜ੍ਹੇ ਹਾਂ ਮੋਹਾਲੀ ਦੇ ਸੁਪਰ ਮਾਡਲ ਪੋਲਿੰਗ ਸਟੇਸ਼ਨ ਦੇ ਅੰਦਰ, ਜਿਹਦਾ ਉਦਘਾਟਨ ਅੱਜ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ। ਇਸ ਨੂੰ ਇੱਕ ਏਅਰਪੋਰਟ ਦੀ ਥੀਮ ਦੇ ਉੱਤੇ ਬਣਾਇਆ ਗਿਆ। ਤੁਹਾਨੂੰ ਅੱਜ ਅਸੀਂ ਇਸ ਦੀਆਂ ਝਲਕੀਆਂ ਦਿਖਾਵਾਂਗੇ, ਖਾਸ ਕੀ ਹੈ। ਸਭ ਤੋਂ ਪਹਿਲਾਂ ਜਹਾਜ਼ ਦਿਖਾਉਂਦੇ ਹਾਂ, ਇੱਕ ਜਹਾਜ਼ ਬਣਾਇਆ ਗਿਆ ਜਿਹਨੂੰ ਸੈਲਫੀ ਪੁਆਇੰਟ ਵੀ ਕਹਿੰਦੇ ਨੇ, ਕਿਉਂਕਿ ਇਸ ਦੇ ਅੰਦਰ ਜਾ ਕੇ ਜਦ ਤੁਸੀਂ ਇੱਥੇ ਪਹੁੰਚੋਗੇ ਤਾਂ ਆਪਣੀ ਸੈਲਫੀ ਜਿਹੜੀ ਉਹ ਲੈ ਸਕਦੇ ਹੋ, ਜਾਣੀ ਕਿ ਇੱਥੇ ਫੋਟੋ ਜਿਹੜੀ ਉਹ ਖਿਚਾ ਸਕਦੇ ਹੋ। ਇੰਝ ਫੀਲ ਕਰ ਸਕਦੇ ਹੋ ਕਿ ਇੱਕ ਜਹਾਜ਼ ਦਾ ਅੰਦਰਲਾ ਹਿੱਸਾ ਅਤੇ ਤੁਸੀਂ ਜਹਾਜ਼ ਦੀ ਵਿੰਡੋ 'ਚੋਂ ਆਪਣੇ ਆਪ ਨੂੰ ਦੇਖ ਰਹੇ ਹੋ। ਏਅਰਪੋਰਟ ਦਾ ਇਹ ਨਜ਼ਾਰਾ, ਏਅਰਪੋਰਟ ਦੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਗਈਆਂ ਨੇ। ਇੱਥੇ ਸਹਾਇਤਾ ਕੇਂਦਰ ਵੀ ਬਣਾਇਆ ਗਿਆ ਹੈ, ਭੰਗੜੇ ਗਿੱਧੇ ਦਾ ਪ੍ਰਬੰਧ ਖਾਸ ਤੌਰ 'ਤੇ ਕੀਤਾ ਗਿਆ ਹੈ। ਅਤੇ ਇੱਥੇ ਜਿਹੜਾ ਕੋਈ ਆਵੇਗਾ ਉਸਨੂੰ ਏਸੀ ਦਾ ਵੀ ਜਿਹੜਾ ਨਜ਼ਾਰਾ ਆਵੇਗਾ, ਏਸੀ ਸੁਵਿਧਾ ਮਿਲੇਗੀ। ਇਹ ਕੇਵਲ ਇਹ ਜਿਹੜਾ ਇੱਕ ਸਟਾਰਟਿੰਗ ਹੈਗਾ ਪੁਆਇੰਟ ਹੈ, ਅਤੇ ਇਸ ਤੋਂ ਇਲਾਵਾ ਇੱਥੇ ਬਹੁਤ ਸਾਰੀਆਂ ਪੇਂਟਿੰਗਾਂ ਵੋਟਰਾਂ ਨੂੰ ਲੁਭਾਉਣ ਦੇ ਲਈ ਜਿਹੜੀਆਂ ਲਾਈਆਂ ਗਈਆਂ ਨੇ, ਵੱਖ ਵੱਖ ਪੇਂਟਿੰਗਾਂ ਨੇ, ਜਿੱਥੋਂ ਜਿਹੜਾ ਆ ਵੋਟਰ ਜਿਹੜਾ ਉਹਨੂੰ ਦੇਖ ਕੇ ਇਹ ਮਹਿਸੂਸ ਕਰੇ ਕਿ ਹਾਂ ਉਹਨੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਹੈ। ਕਿਉਂਕਿ ਇਹ ਪੂਰਾ ਏਸੀ ਹਾਲ ਹੈ, ਇਸ ਕਰਕੇ ਇਸ 'ਚ ਵੱਖ ਵੱਖ ਸੁਵਿਧਾਵਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਅਤੇ ਹੁਣ ਅਸੀਂ ਪੋਲਿੰਗ ਸਟੇਸ਼ਨ ਵੱਲ ਵੱਧਦੇ ਹਾਂ, ਇਸੇ ਤਰੀਕੇ ਨਾਲ ਜਿਹੜਾ ਵੋਟਰ ਆਵੇਗਾ ਪੋਲਿੰਗ ਸਟੇਸ਼ਨ ਵੱਲ ਵਧੇਗਾ। ਅਤੇ ਇੱਥੇ ਵੀ ਰਸਤੇ ਦੇ ਵਿੱਚ ਰੈੱਡ ਕਾਰਪੇਟ ਜਿਹੜਾ ਵਿਛਾਇਆ ਗਿਆ, ਦੂਰ ਤੱਕ ਜਿਹੜਾ ਉੱਥੇ ਤੁਸੀਂ ਜਾ ਸਕਦੇ ਹੋ। ਮੈਡੀਕਲ ਰੂਮ ਦੀ ਸੁਵਿਧਾ ਦਿੱਤੀ ਗਈ ਹੈ, ਵਾਸ਼ਰੂਮ ਦੀ ਸੁਵਿਧਾ। ਇੱਥੋਂ ਇੱਕ ਹੋਰ ਚੀਜ਼ ਦਿਖਾਉਣਾ ਚਾਹੁੰਦੇ ਹਾਂ ਕਿ ਇਸ ਸੱਤ ਜਿਹੜਾ ਵੀਲ ਚੇਅਰ ਨਾਲ ਵੀ, ਜੇਕਰ ਕੋਈ ਅਪਾਹਿਜ ਹੈਗਾ, ਬਜ਼ੁਰਗ ਹੈਗਾ, ਉਹਨੂੰ ਵੀਲ ਚੇਅਰ ਨਾਲ ਵੀ ਇਸ ਦੇ ਅੰਦਰ ਲਿਆਂਦਾ ਜਾਵੇਗਾ। ਇੱਥੋਂ ਤੱਕ ਕਿ ਛੋਟੇ ਬੱਚੇ ਜੇਕਰ ਕੋਈ ਨਾਲ ਲੈ ਕੇ ਆਉਂਦੀ ਆ ਲੇਡੀ, ਉਹਦੇ ਵਾਸਤੇ ਅਲੱਗ ਤੋਂ ਇੱਕ ਰੂਮ ਬਣਾਇਆ ਗਿਆ, ਜਿਹਨੇ ਫੀਡ ਦੇਣੀ ਆ ਜਾਂ ਬੱਚੇ ਦਾ ਕੋਈ ਡਾਇਪਰ ਚੇਂਜ ਕਰਨਾ, ਆਰਾਮ ਉਹਨੇ ਕਰਨਾ, ਉਸ ਵਾਸਤੇ ਵੀ ਜਿਹੜਾ ਇੱਕ ਇੱਥੇ ਅਲੱਗ ਤੋਂ ਸੁਵਿਧਾ ਦਿੱਤੀ ਗਈ ਹੈ। ਤਾਂ ਹੀ ਇਹਨੂੰ ਸੁਪਰ ਮਾਡਲ ਜਿਹੜਾ ਪੋਲਿੰਗ ਸਟੇਸ਼ਨ ਕਿਹਾ ਜਾ ਰਿਹਾ ਆ। ਇਸ ਤਰਜ਼ ਦੇ ਉੱਤੇ ਦੇਸ਼ 'ਚ ਕਈ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਵੱਖ ਵੱਖ ਥੀਮ ਦੇ ਉੱਤੇ। ਇਸ ਨੂੰ ਏਅਰਪੋਰਟ ਦੀ ਥੀਮ ਦਾ ਜਿਹੜਾ ਉਹ ਨਾਮ ਦਿੱਤਾ ਗਿਆ ਹੈ। ਸੋ ਇੱਥੇ ਰਸਤੇ ਦੇ ਵਿੱਚ ਤੁਹਾਨੂੰ ਇਹ ਰੈੱਡ ਕਾਰਪੇਟ 'ਤੇ ਜਦ ਤੁਸੀਂ ਚੱਲੋਗੇ ਤਾਂ ਤੁਹਾਨੂੰ ਆਪ ਇਹ ਮਹਿਸੂਸ ਹੋਊਗਾ ਕਿ ਤੁਸੀਂ ਦੇਸ਼ ਦੇ ਲਈ ਇੱਕ ਵੱਡਾ ਕੰਮ ਕਰਨ ਜਾ ਰਹੇ ਹੋ, ਆਪਣੀ ਵੋਟ ਪਾਉਣ ਜਾ ਰਹੇ ਹੋ, ਵੋਟ ਪਾ ਕੇ ਇੱਕ ਸਹੀ ਲੀਡਰ ਦੀ ਚੋਣ ਕਰਨ ਜਾ ਰਹੇ ਹੋ। ਹੁਣ ਇਸ ਵੇਟਿੰਗ ਏਰੀਆ 'ਚ ਅਸੀਂ ਪਹੁੰਚ ਚੁੱਕੇ ਹਾਂ, ਜਿੱਥੇ ਕਿ ਦੇਖ ਸਕਦੇ ਵੋਟਿੰਗ ਪਾਸ। ਵੋਟਿੰਗ ਪਾਸ ਮਤਲਬ ਤੁਸੀਂ ਇੱਥੇ ਆਪਣੀ ਇੱਕ ਸਲਿੱਪ ਲੈ ਸਕਦੇ ਹੋ, ਜਿਹਦੇ ਆਧਾਰ ਦੇ ਉੱਤੇ ਤੁਸੀਂ ਵੋਟ ਪਾ ਸਕੋਗੇ। ਅਤੇ ਇੱਥੇ ਜਿਹੜੀਆਂ ਇਹ ਸੁਵਿਧਾਵਾਂ ਦਿੱਤੀਆਂ ਗਈਆਂ, ਬੈਠਣ ਨੂੰ ਪੂਰਾ ਏਸੀ ਹਾਲ ਬਣਾਇਆ ਗਿਆ ਹੈ ਤਾਂ ਕਿ ਤੁਸੀਂ ਖੜ੍ਹੇ ਨਾ ਰਹੋ, ਕਿਉਂਕਿ ਵੋਟਰ ਅਪੀਲ ਕਰਨ ਨੂੰ ਕਈ ਸਟੈਚੂ ਵੀ ਬਣਾਏ ਗਏ ਨੇ। ਇਹ ਵੀ ਇੱਕ ਵੱਖਰਾ ਜਿਹੜਾ ਨਜ਼ਾਰਾ ਹੈ, ਵੀ ਪੈਡ ਬਣਾਈ ਗਈ ਆ ਕਿ ਕਿਸ ਤਰੀਕੇ ਦਾ ਹੋਵੇਗਾ ਅਤੇ ਕਿਵੇਂ ਜਿਹੜਾ ਵੋਟਰ ਨੂੰ ਲੁਭਾਉਣਾ ਹੈ। ਇੱਕ ਵੱਡਾ ਉਪਰਾਲਾ ਇਸ ਵਾਰ ਜਿਹੜਾ ਕੀਤਾ ਗਿਆ। ਇੱਥੇ ਦੇਖੋ ਕਿੰਨੇ ਜਿਵੇਂ ਬਿਲਕੁਲ ਵਿਆਹ ਵਰਗਾ ਮਾਹੌਲ ਬਣਾਇਆ ਗਿਆ, ਤਾਂ ਹੀ ਕਹਿੰਦੇ ਨੇ ਕਿ ਵਿਆਹ ਦਾ ਮਾਹੌਲ ਹੈ, ਕਿਉਂਕਿ ਇੱਥੇ ਮਹਿੰਦੀ ਦਾ ਇੰਤਜ਼ਾਮ ਕੀਤਾ ਜਾਵੇਗਾ। ਇੱਥੇ ਜਿਹੜਾ ਆ ਵੱਖ ਵੱਖ ਟੈਟੂ ਆਰਟਿਸਟ ਜਿਹੜੇ ਬੈਠੇ ਹੋਣਗੇ। ਸੋ ਇੱਕ ਇਹ ਰੂਮ ਹੈ, ਦੇਖੋ ਇਹ ਵੇਟਿੰਗ ਏਰੀਆ,
ਵਾਕਈ ਵੇਟਿੰਗ ਏਰੀਆ ਜਿਹੜਾ ਖੂਬਸੂਰਤ ਹੈ, ਵੋਟਾਂ ਲਵਾਉਣ ਦੇ ਲਈ ਕਿੰਨੀ ਸੋਹਣੀ ਆਰਟ ਜਿਹੜੀ ਇੱਥੇ ਉੱਪਰ ਕੀਤੀ ਗਈ ਹੈ ਤਾਂ ਕਿ ਵੋਟਰ ਹੈ ਜਿਹੜਾ ਉਹ ਵੋਟ ਕਰਨ ਤੋਂ ਪਹਿਲਾਂ ਇੱਕ ਵੱਖਰਾ ਫੀਲ ਕਰ ਸਕੇ। ਸੋ ਇਹ ਐਂਟਰੀ ਪੁਆਇੰਟ ਆ, ਐਂਟਰੀ ਪੁਆਇੰਟ ਉਸ ਰੂਮ ਦਾ ਜਿੱਥੇ ਵੋਟ ਕੀਤੀ ਜਾਵੇਗੀ। ਸੋ ਅਸੀਂ ਇਹ ਰੂਮ 'ਚ ਪਹੁੰਚੇ ਹਾਂ, ਇਹ ਐਂਟਰੀ ਪੁਆਇੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਸਾਰੇ ਅਧਿਕਾਰੀ ਬੈਠਣਗੇ, ਇੱਥੋਂ ਹੀ ਜਿਹੜਾ ਵੀ ਵੀ ਪੈਟ ਦੇ ਥਰੂ ਤੁਹਾਡੀ ਵੋਟਿੰਗ ਕਰਵਾਈ ਜਾਵੇਗੀ। ਅਤੇ ਉਹ ਹੈ ਉਹ ਬਾਕਸ ਜਿੱਥੇ ਜਾ ਕੇ ਤੁਸੀਂ ਆਪਣੀ ਵੋਟ ਆ ਜਿਹੜੀ ਕਿਸੇ ਇੱਕ ਨੂੰ ਚੁਣ ਕੇ ਪਾਉਣੀ ਹੈ, ਇਸ ਦੇ ਅੰਦਰ ਜਾਣਾ ਹੈ। ਅਤੇ ਇੱਥੇ ਇਸ ਰੂਮ ਨੂੰ ਵੀ ਪ੍ਰੋਪਰ ਪੂਰਾ ਏਸੀ ਰੂਮ ਬਣਾਇਆ ਗਿਆ ਹੈ, ਇਸ ਦੇ ਨਾਲ ਪੋਲਿੰਗ ਏਜੰਟ ਜਿਹੜੇ ਨੇ ਉਹਨਾਂ ਦੇ ਬੈਠਣ ਦੀ ਖਾਸ ਸੁਵਿਧਾ ਹੈ। ਅਤੇ ਖਾਸ ਕਰਕੇ ਆਮ ਵੋਟਰ ਦੀ ਸੁਵਿਧਾ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਵੋਟਰ ਦੀ ਸੁਵਿਧਾ ਤੁਸੀਂ ਬਾਹਰ ਦੇਖੀ ਹੋਈ ਹੈ ਕਿ ਵੋਟਰ ਨੂੰ ਪ੍ਰੋਪਰ ਜਿਹੜੀ ਸੁਵਿਧਾ ਇੱਥੇ ਉਹ ਦਿੱਤੀ ਗਈ ਹੈ। ਸੋ ਇਸ ਤਰੀਕੇ ਦੇ ਪੋਲਿੰਗ ਸਟੇਸ਼ਨ ਬਣਾਉਣਾ ਆਪਣੇ ਆਪ 'ਚ ਇੱਕ ਵੱਖਰਾ ਮੈਸੇਜ ਆ, ਵੱਖਰਾ ਇੱਕ ਜਿਹੜਾ ਆ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਕਰਨਾ ਆ, ਕਿਉਂਕਿ ਇੱਕ ਵਿਆਹ ਵਰਗਾ ਮਾਹੌਲ ਹੈ। ਗਿੱਧੇ ਭੰਗੜੇ ਵਾਲੇ ਜਿਹੜੇ ਨੇ ਇੱਥੇ ਖਾਸ ਤੌਰ 'ਤੇ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ, ਜਦ ਕੋਈ ਆਵੇਗਾ ਤਾਂ ਉਹਨਾਂ ਲਈ ਜਿਹੜਾ ਆ ਭੰਗੜਾ ਜਿਹੜਾ ਪਾਇਆ ਜਾਵੇ, ਗਿੱਧਾ ਪਾਇਆ ਜਾਵੇਗਾ, ਮਹਿੰਦੀ ਲਾਈ ਜਾਵੇਗੀ, ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਜਿਹੜਾ ਆ ਵੋਟ ਕਰਨੀ ਆ ਅਤੇ ਸਾਨੂੰ ਇਸ PVIP ਜਿਹੜਾ ਟ੍ਰੀਟਮੈਂਟ ਮਿਲ ਰਿਹਾ ਇਸ ਕਰਕੇ ਕਿਉਂਕਿ ਅਸੀਂ ਦੇਸ਼ ਦੇ ਉਹ ਨਾਗਰਿਕ ਹਾਂ ਜਿਹੜੇ ਆਪਣੀ ਸਰਕਾਰ ਚੁਣਦੇ ਹਾਂ। ਭਲਕੇ ਚੋਣਾਂ ਨੇ ਅਤੇ ਵੋਟਰਾਂ ਨੂੰ ਲਵਾਉਣ ਦੇ ਲਈ ਵੱਖ ਵੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਇਸੇ ਤਹਿਤ ਮੋਹਾਲੀ ਦੇ ਵਿੱਚ ਵੀ ਸੁਪਰ ਮਾਡਲ ਪੋਲਿੰਗ ਬੂਥ ਬਣਾਇਆ ਗਿਆ, ਪੋਲਿੰਗ ਸਟੇਸ਼ਨ ਬਣਾਇਆ ਗਿਆ। ਸਾਡੇ ਨਾਲ ਡਿਪਟੀ ਕਮਿਸ਼ਨਰ ਮੋਹਾਲੀ ਅੰਕਿਤਾ ਜੈਨ ਮੌਜੂਦ ਨੇ। ਮੈਮ, ਕੀ ਹੈ ਖਾਸ ਇਸ ਪੋਲਿੰਗ? ਦੇਖੋ ਜੀ, ਤੁਸੀਂ ਆਏ ਹੋ, ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨਾ ਵਧੀਆ ਤਿਉਹਾਰ ਵਾਂਗੂ ਇੱਥੇ ਮਾਹੌਲ ਹੈ। ਔਰ ਇਹ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ 1 ਜੂਨ ਤੋਂ ਪਹਿਲਾਂ ਇੱਥੇ ਦੇ ਵੋਟਰਾਂ ਨੂੰ, ਸਾਡੇ BLOs ਨੂੰ ਔਰ ਸਾਰੇ ਮੀਡੀਆ ਕਰਮੀਆਂ ਦੇ ਰਾਹੀਂ ਸਾਰੀ ਪਬਲਿਕ ਨੂੰ ਇਹ ਜਾਗਰੂਕ ਕੀਤਾ ਜਾਵੇ ਕਿ 1 ਜੂਨ ਲਈ ਤਿਆਰ ਹੋ ਜਾਣ। ਸਾਡੀ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ। ਇਹ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਮੋਹਾਲੀ ਨੂੰ ਸਿਗਨੀਫਾਈ ਕਰਦਾ, ਮੋਹਾਲੀ ਦੀ ਸ਼ਾਨ ਹੈ, ਪੰਜਾਬ ਦੀ ਸ਼ਾਨ ਹੈ, ਉਹਦੇ ਥੀਮ ਦੇ ਉੱਤੇ ਅਸੀਂ ਅੱਜ ਇੱਕ ਮਾਡਲ ਬੂਥ ਬਣਾਇਆ ਹੈ, ਜਿਸ ਦੇ ਵਿੱਚ ਵੋਟਿੰਗ ਪਾਸ ਦੇ ਰਾਹੀਂ ਵੋਟਰ ਆਪਣੀ ਵੋਟ ਕਾਸਟ ਕਰਦਾ ਹੈ। ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਸਮਝਦੇ ਹੋਏ, ਉਹਨੂੰ ਧਿਆਨ ਵਿੱਚ ਰੱਖਦੇ ਹੋਏ, ਜਦੋਂ ਵੋਟਰ ਅੰਦਰ ਆਉਂਦੇ ਹੈ ਤਾਂ ਉਹਨਾਂ ਨੂੰ ਗਿੱਧਾ ਭੰਗੜਾ ਕਰਕੇ ਵੋਟਰ ਨੂੰ ਅੰਦਰ ਲਿਆਇਆ ਜਾਂਦਾ ਹੈ। ਇੱਥੇ ਸੈਲਫੀ ਬੂਥ ਬਣੇ ਹੋਏ ਨੇ, ਜਿਵੇਂ ਏਅਰਪਲੇਨ ਦੇ ਵਿੱਚ ਤੁਸੀਂ ਬੈਠੇ ਹੋ ਉੱਦਾਂ ਦੀ ਲੁੱਕ ਇੱਥੇ ਆ ਰਹੀ ਹੈ। ਉਸਦੇ ਅੱਗੇ ਗਿੱਧਾ ਭੰਗੜਾ ਕਰਦੇ ਹੋਏ ਬੱਚੇ ਤੁਹਾਨੂੰ ਦਿਸਦੇ ਹੈ, ਬੱਚੇ ਮਹਿੰਦੀ ਲਾ ਰਹੇ ਹੈ ਜਿਹੜੀ ਪੰਜਾਬ ਦੇ ਕਲਚਰ ਨੂੰ ਦਰਸਾਉਂਦੀ ਹੈ, ਔਰ ਗਰਮੀ ਦੇ ਵਿੱਚ ਉੱਦਾਂ ਵੀ ਮਹਿੰਦੀ ਲੋਕਾਂ ਨੂੰ ਠੰਡਾ ਰੱਖਦੀ ਹੈ। ਟੈਟੂ ਆਰਟ ਵੀ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆ ਕੇ ਇੱਥੇ ਉਹਦੇ ਵਿੱਚ ਭਾਗ ਲੈ ਰਹੇ ਨੇ। ਔਰ ਉਸ ਤੋਂ ਬਾਅਦ ਸਾਫ਼ ਸੁਥਰੇ ਵਾਸ਼ਰੂਮਸ ਸਾਰੇ ਵੋਟਰਸ ਲਈ, ਪੀਣ ਦਾ ਪਾਣੀ, ਛਬੀਲ ਅਸੀਂ ਇੱਥੇ ਲਾਈ ਹੋਈ ਹੈ, ਠੰਡੀ ਲੱਸੀ ਦਾ ਇੰਤਜ਼ਾਮ ਅਸੀਂ ਇੱਥੇ ਕੀਤਾ, ਆਈਸ ਕ੍ਰੀਮਸ ਦਾ ਇੰਤਜ਼ਾਮ ਅਸੀਂ ਕੁਝ ਵੋਟਰਸ ਲਈ ਜਿਹੜੇ ਸਭ ਤੋਂ ਪਹਿਲਾਂ ਆ ਜਾਣਗੇ ਉਹਨਾਂ ਲਈ ਕੀਤਾ। ਔਰ ਬੂਟੇ ਅਸੀਂ ਇਸ ਬੂਥ ਤੋਂ ਹਰ ਵੋਟਰ ਨੂੰ ਦੇ ਰਹੇ ਹਾਂ ਤਾਂ ਕਿ ਗਰਮੀ ਬਹੁਤ ਹੈ, ਜਿੰਨੇ ਅਸੀਂ ਜ਼ਿਆਦਾ ਬੂਟੇ ਲਾਉਣਗੇ ਉਨਾ ਸਾਡਾ ਵਾਤਾਵਰਣ ਵੀ ਸਾਫ਼ ਸੁਥਰਾ ਹੋਏਗਾ। ਔਰ ਤੁਸੀਂ ਦੇਖ ਰਹੇ ਹੋ ਕਿ ਸਾਡੇ BLOs ਦੇ ਵਿੱਚ ਵੀ ਸਾਡੀ ਸਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦੇ ਬੜਾ ਉਤਸ਼ਾਹ ਹੈ, ਔਰ ਮੈਂ ਸਮਝਦੀ ਹਾਂ ਕਿ ਇਹ ਉਤਸ਼ਾਹ ਪਬਲਿਕ ਦੇ ਵਿੱਚ ਵੀ 1 ਜੂਨ ਨੂੰ ਦੇਖਣ ਨੂੰ। ਇੱਕ ਡਿਫਰੈਂਟ ਮਾਡਲ ਹੈਗਾ ਇਹ ਕਿ ਨੈਸ਼ਨਲ ਲੈਵਲ 'ਤੇ ਇਸ ਮਾਡਲ ਦੀ ਜਿਹੜਾ ਹੈ ਪੇਸ਼ਕਸ਼ ਕੀਤੀ ਜਾਊਗੀ ਕਿ ਹੋਰ ਵੀ ਇਸ ਤਰ੍ਹਾਂ ਦੇ ਮਾਡਲ? ਹਾਂਜੀ ਬਿਲਕੁਲ, ਦੇਖੋ ਅਸੀਂ ਹਰ ਬੂਥ 'ਤੇ ਕੁਛ ਨਾ ਕੁਛ ਨਵੇਕਲੀ ਪਹਿਲ ਕਰ ਰਹੇ ਹਾਂ, ਔਰ ਇਹ ਬੂਥ ਮਾਡਲ ਇੰਟਰਨੈਸ਼ਨਲ ਏਅਰਪੋਰਟ ਦੀ ਥੀਮ 'ਤੇ ਬਣਿਆ ਹੈ। ਮੈਂ ਸਮਝਦੀ ਹਾਂ ਕਿ ਅਸੀਂ ਇਸ ਨੂੰ ਇੱਕ ਸਟੱਡੀ ਬਣਾ ਕੇ ਜ਼ਰੂਰ ਸਟੇਟ ਲੈਵਲ ਅਤੇ ਨੈਸ਼ਨਲ ਲੈਵਲ 'ਤੇ ਪੇਸ਼ ਕਰਾਂ। ਮਤਲਬ ਨੌਜਵਾਨਾਂ ਨੂੰ ਬਾਹਰ ਜਾਣ ਦਾ ਬੜਾ ਚਾਅ ਹੁੰਦਾ, ਏਅਰਪੋਰਟ 'ਤੇ ਜਾਣ ਦਾ ਚਾਅ, ਇਹ ਲੱਗਦਾ ਕਿ ਉਹ ਨੌਜਵਾਨ ਜ਼ਿਆਦਾ ਆਕਰਸ਼ਿਤ ਹੋਣਗੇ? ਹਾਂਜੀ, ਯੰਗ ਵੋਟਰਸ ਲਈ ਅਸੀਂ ਖਾਸ ਤੌਰ 'ਤੇ ਇਹ ਉਪਰਾਲੇ ਕਰ ਰਹੇ ਹਾਂ ਤਾਂ ਕਿ ਯੰਗ ਵੋਟਰ ਸਾਡਾ ਘਰੋਂ ਨਿਕਲ ਕੇ ਜ਼ਰੂਰ ਬਾਹਰ ਆਵੇ, ਔਰ ਆਪਣੀ ਲੋਕਤੰਤਰ ਦੀ ਕੀ ਪਾਵਰ ਹੈ ਹਰ ਵੋਟਰ ਦੇ ਵਿੱਚ, ਲੋਕਤੰਤਰ ਦੇ ਵਿੱਚ, ਉਸ ਨੂੰ ਮਹਿਸੂਸ ਕਰੇ।
ਮੈਮ, ਜਿਹੜੇ ਫਸਟ ਟਾਈਮ ਵੋਟ ਕਰਨ ਗਏ ਹਮੇਸ਼ਾ ਹੀ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ, ਹੋਰ ਕੀ ਖਾਸ ਉਹਨਾਂ ਲਈ ਇੱਥੇ ਕੀਤਾ ਗਿਆ? ਹਾਂਜੀ, ਫਸਟ ਟਾਈਮ ਵੋਟਰਸ ਨੂੰ ਅਸੀਂ ਇੱਕ ਤਾਂ ਖਾਸ ਤੌਰ 'ਤੇ BLOs ਦੇ ਰਾਹੀਂ ਪਹੁੰਚ ਕੇ ਇਹ ਵੀਡੀਓ ਉਹਨਾਂ ਦੇ ਵਿੱਚ ਸ਼ੇਅਰ ਕਰਾਂਗੇ। ਹੋਰ ਜਿਹੜੇ ਸਾਡੇ ਉਪਰਾਲੇ ਨੇ ਉਹ 1 ਜੂਨ ਤੋਂ ਪਹਿਲਾਂ ਉਹਨਾਂ ਤੱਕ ਪਹੁੰਚਾਵਾਂਗੇ ਤਾਂ ਕਿ ਉਹ ਬਾਹਰ ਨਿਕਲ ਕੇ ਆਉਣ। ਉਸਦੇ ਨਾਲ ਹੀ ਅਸੀਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਈਸਕ੍ਰੀਮਸ ਦਾ ਪ੍ਰਬੰਧ ਅਸੀਂ ਕੀਤਾ ਹੋਇਆ, ਯੰਗ ਵੋਟਰਾਂ ਲਈ ਕੀਤਾ ਹੋਇਆ ਕਿ ਬੱਚਿਆਂ ਨੂੰ ਚਾਹ ਹੁੰਦਾ, ਔਰ ਇੱਕ ਨਵੀਂ ਪਹਿਲ ਅਸੀਂ ਮੋਹਾਲੀ ਵਿੱਚ ਕਰ ਰਹੇ ਹਾਂ। ਜਿਹੜੇ ਛੋਟੇ ਬੱਚੇ ਹੋਣਗੇ ਜਾਂ ਮਦਰ ਆਪਣੇ ਨਾਲ ਲੈ ਕੇ ਆਉਂਦਾ, ਉਹਨਾਂ ਦੇ ਸਾਂਭ ਸੰਭਾਲ ਲਈ? ਹਾਂਜੀ, ਉਹਨਾਂ ਦੇ ਸਾਂਭ ਸੰਭਾਲ ਲਈ ਖਾਸ ਤੌਰ 'ਤੇ ਅਸੀਂ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਇੱਕ ਕ੍ਰਚ ਇੱਥੇ ਬਣਾਇਆ ਹੋਇਆ, ਬੱਚਿਆਂ ਦੇ ਖੇਡਣ ਦਾ ਏਰੀਆ ਜਿੱਥੇ ਆਂਗਨਵਾੜੀ ਵਰਕਰ ਸਾਡੇ ਹੋਣਗੇ, ਤਾਂ ਕਿ ਬੱਚਿਆਂ ਦਾ ਖਾਸ ਖਿਆਲ ਵੀ ਰੱਖਿਆ ਜਾਵੇ ਔਰ ਉਹਨਾਂ ਨੂੰ ਜਿੰਨੀ ਦੇਰ ਉਹਨਾਂ ਦੇ ਪੇਰੈਂਟਸ ਨੂੰ ਲੱਗਦੀ ਹੈ ਵੋਟ ਪਾਉਣ ਲਈ, ਉਹਨਾਂ ਨੂੰ ਖੇਡਣ ਨੂੰ ਜਗ੍ਹਾ। ਟਰਾਲੀ ਦੇਖ ਰਹੇ ਹਾਂ, ਤੁਹਾਡੇ ਕੋਲ ਕੀ ਚੀਜ਼ ਹੈਗੀ ਇਸ ਬਾਰੇ? ਹਾਂਜੀ, ਇਹ ਪੋਲੀਟੈਕਨਿਕ ਕਾਲਜ ਆਈ ਪੋਲੀਟੈਕਨਿਕ ਕਾਲਜ ਖਰੜ ਬਾਰੇ ਤੁਸੀਂ ਜਾਣਦੇ ਹੋ। ਇਹਨਾਂ ਨੇ ਇੱਕ ਨਵੀਂ ਪਹਿਲ ਕੀਤੀ ਹੈ, ਇੱਕ ਟਰੋਲੀ ਦਾ ਆਵਿਸ਼ਕਾਰ ਕੀਤਾ ਹੈ ਜਿਸ ਦੇ ਵਿੱਚ ਪੋਲਿੰਗ ਪਾਰਟੀਜ਼ ਆਪਣੇ EVM VVPAT ਔਰ BUCU ਨੂੰ ਲੈ ਕੇ ਜਾ ਸਕਦੇ ਨੇ। ਡਿਸਪੈਚ ਸੈਂਟਰ 'ਤੇ ਤੁਸੀਂ ਦੇਖਦੇ ਹੋ ਕਿ ਕਈ ਵਾਰੀ ਬੱਸਿਸ ਤੱਕ ਜਾਣ ਲਈ ਕਾਫੀ ਜਿਹੜਾ ਹੈ ਉਹਨਾਂ ਨੂੰ ਏਰੀਆ ਟਰੈਵਲ ਕਰਨਾ ਪੈਂਦਾ, ਤਾਂ ਉਹਨਾਂ ਦੀ ਸਹੂਲਤ ਲਈ ਵੀਲਸ ਲਗਾ ਕੇ ਪ੍ਰੋਪਰ VVPAT CU ਅਤੇ BU ਦੀ ਅਰੇਂਜਮੈਂਟ ਔਰ ਨਾਲ ਹੀ GPS ਇਸ ਦੇ ਵਿੱਚ ਫਿਟਡ ਹੈ ਤਾਂ ਕਿ ਇਹਦੀ ਲੋਕੇਸ਼ਨ ਵੀ ਟਰੈਕ ਕੀਤੀ ਜਾ ਸਕੇ। ਸੋ ਬਹੁਤ ਬਹੁਤ ਧੰਨਵਾਦ ਹੈ ਮੈਮ। ਥੈਂਕ ਯੂ। ਸੋ ਡਿਪਟੀ ਕਮਿਸ਼ਨਰ ਮੋਹਾਲੀ ਨੇ ਜਿਨ੍ਹਾਂ ਨੇ ਇੱਕ ਨਵੇਕਲੀ ਜਿਹੜੇ ਉਪਰਾਲਾ ਕੀਤਾ, ਸ਼ੁਰੂਆਤ ਕੀਤੀ ਹੈ, ਪਿੱਛੇ ਇੱਕ ਜਹਾਜ਼ ਖੜ੍ਹਾ ਤੁਹਾਨੂੰ ਨਜ਼ਰ ਆ ਰਿਹਾ, ਬਿਲਕੁਲ ਇੱਕ ਏਅਰਪੋਰਟ ਦੀ ਲੁੱਕ ਦਿੱਤੀ ਗਈ ਆ ਅਤੇ ਇੱਕ ਮਾਡਲ ਜਿਹੜਾ ਬਣਾਇਆ ਗਿਆ ਆ ਏਅਰਪੋਰਟ ਦਾ, ਤਾਂ ਕਿ ਜਿਹੜੇ ਵੋਟਰ ਨੇ ਉਹਨਾਂ ਨੂੰ ਲਵਾਇਆ ਜਾ ਸਕੇ, ਖਾਸ ਕਰਕੇ ਯੰਗ ਵੋਟਰਾਂ ਨੂੰ, ਕਿਉਂਕਿ ਜੰਗਸਟਰ ਦੇ ਵਿੱਚ ਏਅਰਪੋਰਟ 'ਤੇ ਜਾਣ ਦਾ ਜਾਂ ਦੇਸ਼ਾਂ ਦਾ ਸਫ਼ਰ ਕਰਨ ਦਾ ਚਾਅ ਹੁੰਦਾ ਅਤੇ ਉਹਨਾਂ ਨੂੰ ਲਵਾਉਣ ਦੇ ਲਈ ਇਹ ਉਪਰਾਲਾ ਅੱਜ ਇੱਥੇ ਮੋਹਾਲੀ ਦੇ ਵਿੱਚ ਕੀਤਾ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਹਾਲੀ ਨੇ ਕੀਤਾ। ਕੈਮਰਾਮੈਨ ਸਿਕੰਦਰ ਦੇ ਨਾਲ ਜਸਪ੍ਰੀਤ ਸਿੰਘ ਗਸ਼ਕ, PTC ਨਿਊਜ਼, ਮੋਹਾਲੀ।